ਇਹ ਸ਼ੋਅ ਦਾ ਨਾਮ ਹੋਣਾ ਚਾਹੀਦਾ ਸੀ ਹਰਸ਼ਦੀਪ ਦੀ ਪੋਲ ਖੋਲੋ ਪੋਲ ਖੋਲੋ ਪੋਲ ਖੋਲੋ ਐਪੀਸੋਡ ਡਾਈਟਿੰਗ ਕਰਦੇ ਹੋ ਜਾਂ ਨਹੀਂ ਕਰਦੇ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਮੈਂ ਡਾਈਟਿੰਗ ਕਰਦੀ ਕਿ ਅਸੀਂ ਪੰਜਾਬੀਆਂ ਤੇ ਸਵੇਰੇ ਪਰੌਂਠੇ ਦੁਪਹਿਰੇ ਕੋਈ ਸਬਜ਼ੀ ਰੋਟੀ ਦਾਲ ਦਹੀਂ ਲੱਸੀ ਬੀਨੂ ਢਿੱਲੋਂ ਜੀ ਦੀ ਮੈਂ ਬਹੁਤ ਵੱਡੀ ਫੈਨ ਹਾਂ ਮੈਂ ਐਵੇਂ ਤਾਂ ਨਹੀਂ ਕਾਲਾ ਕੋਟ ਪਾਇਆ ਔਨ ਸਕਰੀਨ ਮੈਂ ਲੜਾਈ ਕਰਾਉਂਗੇ ਆਪ ਰੰਗਲੀ ਦੁਨੀਆ 'ਚ ਮੈਂ ਮੁਨੀਸ਼ ਪੁਰੀ ਤੁਹਾਨੂੰ ਲੈ ਕੇ ਆ ਚੁੱਕਾ ਹਾਂ ਜੀ ਕੈਸੇ ਸਿਤਾਰੇ ਦੀ ਦੁਨੀਆ ਦਿਖਾਉਣ ਚੜੇ ਇਸ ਟਾਈਮ ਸ਼ਹਿ ਚਾਹ ਬਣਾ ਰਹੇ ਹਾਂ ਐਂਡ ਸ਼ੀ ਇਜ਼ ਹਰਸ਼ਦੀਪ ਕੌਰ ਐਨੀਵੇਜ਼ ਸੋ ਸੋਰੀ ਤੁਹਾਡੇ ਰੂਮ 'ਚ ਮੈਂ ਬਿਨਾਂ ਦੱਸੇ ਆ ਚੁੱਕਾ ਹਾਂ ਨਹੀਂ ਹੁਣ ਤੁਸੀਂ ਆ ਗਏ ਤੇ ਤੁਸੀਂ ਕੀ ਲਾਉਂਗੇ ਚਾਹ ਕਾਫੀ ਗ੍ਰੀਨ ਟੀ ਤੇ ਕੀ ਬਣਾ ਰਹੇ ਸੀ ਮੈਂ ਤੇ ਗਰਮ ਪਾਣੀ ਪੀ ਰਹੀ ਸੀ ਤੇ ਗਰਮ ਪਾਣੀ ਵਿੱਚ ਮੈਂ ਪਾਵਾਂਗੀ ਥੋੜਾ ਜਿਹਾ ਸ਼ਹਿਦ ਤੇ ਮੈਂ ਠਹਿਰ ਕੇ ਗਰਾਰੇ ਕਰਾਂਗੀ ਹਲਦੀ ਦੇ ਸੋ ਹਲਦੀ ਲੂਣ ਐਂਡ ਗਰਮ ਪਾਣੀ ਦੇ ਗਰਾਰੇ ਗਰਮ ਪਾਣੀ ਤੇ ਇਹ ਰੋਜ਼ ਕਰਦੇ ਹੋ ਨਹੀਂ ਮੈਂ ਰੋਜ਼ ਨਹੀਂ ਕਰਦੀ ਬਟ ਜਦ ਮੈਂ ਟਰੈਵਲ ਕਰ ਰਹੀ ਹੁੰਦੀ ਹਾਂ ਜਾਂ ਜਦ ਥੋੜ੍ਹੀ ਟਾਇਰਡ ਹੁੰਦੀ ਹਾਂ ਗਲਾ ਥੋੜ੍ਹਾ ਟਾਇਰਡ ਹੁੰਦਾ ਤੇ ਥੋੜ੍ਹੇ ਜਿਹੇ ਗਾਗਲਸ ਮੈਂ ਕਰ ਲੈਂਦੀ ਹਾਂ ਸੋ ਦਿਸ ਇਜ਼ ਲਾਈਕ ਐਕਸਕਲੂਸਿਵ ਟਿਪਸ ਬਾਈ ਹਰਸ਼ਦੀਪ ਕੌਰ ਜੋ ਕਿ ਬਾਲੀਵੁੱਡ 'ਚ ਸੁਪਰ ਡੁਪਰ ਹਿੱਟ ਗਾਣੇ ਦੇ ਰਹੇ ਹੈ ਸਭ ਤੋਂ ਪਹਿਲਾਂ ਤੁਹਾਡੀ ਦੁਨੀਆ 'ਚ ਆ ਚੁੱਕੇ ਹੈ ਸਾਡੇ ਸ਼ੋਅ ਦਾ ਨਾਮ ਹੈ ਜੀ ਰੰਗਲੀ ਦੁਨੀਆ ਵੈਲਕਮ ਟੂ ਮਾਈ ਦੁਨੀਆ ਜੀ ਬਿਲਕੁਲ ਜੀ ਤੁਹਾਡੀ ਦੁਨੀਆ 'ਚ ਇਸ ਟਾਈਮ ਕੌਣ ਕੌਣ ਆਇਆ ਇਸ ਰੂਮ 'ਚ ਕੌਣ ਕੌਣ ਹੈ ਬੁਲਾਓ ਪਹਿਲੇ ਉਹ ਸਰ ਬੈਠੇ ਹੈ ਸਰ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਕਿੱਦਾਂ ਲੱਗ ਰਹੀ ਹੈ ਤੁਹਾਨੂੰ ਸਾਡੀ ਦਿਨ ਦੁਨੀਆ ਵਧੀਆ ਜੀ ਚੰਡੀਗੜ੍ਹ ਆ ਕੇ ਕਿੱਦਾਂ ਲੱਗਿਆ ਤੁਹਾਨੂੰ ਚੰਡੀਗੜ੍ਹ ਆ ਕੇ ਹਮੇਸ਼ਾ ਅੱਛਾ ਹੀ ਲੱਗਦਾ ਹੈ ਤੇ ਪੰਜਾਬ ਦੀ ਖੁਸ਼ਬੂ ਆ ਜਾਂਦੀ ਹੈ ਚੰਡੀਗੜ੍ਹ ਕਰਿਆ ਸਿੱਕੇ ਬਸ ਉਹ ਗਾਣਾ ਯਾਦ ਆਤਾ ਹੈ ਉਹ ਗਾਣਾ ਆਤਾ ਹੈ ਐਂਡ ਸਪੈਸ਼ਲੀ ਸਰ ਮੈਂ ਤੁਹਾਨੂੰ ਕੰਪਲੀਮੈਂਟ ਕਰਨਾ ਚਾਹਾਂਗਾ ਕਿ ਜਿਹੜੀ ਤੁਹਾਡੀ ਲੁੱਕਸ ਹੈ ਨਾ ਉਹ ਡੇ ਪ੍ਰਤੀ ਦਿਨ ਪ੍ਰਤੀ ਦਿਨ ਓਏ ਹੋਏ ਯੂ ਆਰ ਲੁਕਿੰਗ ਮੋਰ ਗੋਰਜੀਅਸ ਬਿਊਟੀ ਦੀ ਟਿਪਸ ਇਹ ਕਿ ਤੁਸੀਂ ਹੱਸਦੇ ਰਹੋ ਖੁਸ਼ ਰਹੋ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ ਬਿਲਕੁਲ ਜੀ ਐਂਡ ਮੈਂ ਹਲੇ ਨਾ ਅੱਜ ਮੈਂ ਗੂਗਲ ਕਰ ਰਿਹਾ ਸੀ ਆਉਣ ਤੋਂ ਪਹਿਲਾਂ ਤੇ ਗੂਗਲ 'ਚ ਜੀ ਬਾਰ ਬਾਰ ਹਰਸ਼ਦੀਪ ਕੌਰ ਪਾਉਣ ਆ ਪਤਾ ਨਹੀਂ ਕਿਹੜੇ ਕਿਹੜੇ ਰਿਕਾਰਡ ਆ ਰਹੇ ਆ ਕਿ ਇੱਕ ਹਫ਼ਤੇ 'ਚ ਕਦੀ 6 ਗਾਣੇ ਬੋਲੀਵੁੱਡ ਦੇ ਆ ਰਹੇ ਆ ਕਦੀ ਕਈ ਫਿਲਮਾਂ 'ਚ ਆ ਰਹੇ ਆ ਸੋ ਵਟ ਇਜ਼ ਗੋਇੰਗ ਔਨ ਮੈਂ ਬਸ ਲੋਕਾਂ ਦਾ ਪਿਆਰ ਹੈ ਤੇ ਵੱਡਿਆਂ ਦਾ ਆਸ਼ੀਰਵਾਦ ਹੈ ਜਿਹੜੀ ਆਡੀਅנס ਹੈ ਨਾ ਉਸ ਟਾਈਮ ਲਾਈਵ ਤੁਹਾਨੂੰ ਦੇਖ ਰਹੀ ਹੈ ਉਹ ਸੁਣਨਾ ਚਾਹੁੰਦੀ ਹੈ ਤੁਹਾਨੂੰ ਮੈਡਮ ਉਹ ਹੈਪੀ ਭਾਗ ਜਾਏਗੀ ਉਹ ਹੈਪੀ ਭਾਗ ਜਾਏਗੀ ਇਹ ਬਾਰਡਰ ਤੋੜ ਦੇਗੀ ਉਹ ਵੀਜ਼ੇ ਫੜ ਜਾਏਗੀ ਡਾਈਟਿੰਗ ਕਰਦੇ ਹੋ ਜਾਂ ਨਹੀਂ ਕਰਦੇ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਮੈਂ ਡਾਈਟਿੰਗ ਕਰਦੀ ਕਿਉਂਕਿ ਅਸੀਂ ਪੰਜਾਬੀਆਂ ਤੇ ਸਵੇਰੇ ਪਰੌਂਠੇ ਦੁਪਹਿਰੇ ਕੋਈ ਸਬਜ਼ੀ ਰੋਟੀ ਦਾਲ ਦਹੀਂ ਲੱਸੀ ਤੇ ਰਾਤੀ ਬਟਰ ਚਿਕਨ ਸਭ ਕਹਿੰਦੇ ਖਾਤੇ ਪੀਤੇ ਘਰ ਦੀ ਕੁੜੀ ਹੈ ਖਾਂਦੇ ਪੀਂਦੇ ਘਰ ਦੀ ਕੁੜੀ ਹੈ ਤਾਂ ਉਹ ਦਿਖਣਾ ਚਾਹੀਏ ਨਾ ਫਿਰ ਪਰ ਦਿਖ ਨਹੀਂ ਰਿਹਾ ਨਾ ਮੈਮ ਮਤਲਬ ਮੈਂ ਉਹੀ ਕਹਿ ਰਿਹਾ ਆਈ ਥਿੰਕ ਇਟਸ ਦ ਬਲੈਕ ਕਲਰ ਬਲੈਕ ਕਲਰ ਮੈਂ ਪਤਲੇ ਲੱਗਦੇ ਹੈ ਜਿਹੜੀ ਸਾਡੇ ਪੰਜਾਬੀ ਆਡੀਅੰਸ ਹੈ ਉਹ ਕਾਫੀ ਸਾਲਾਂ ਤੋਂ ਤੁਹਾਡੇ ਨਾਲ ਕਨੈਕਟ ਕਰ ਰਹੀ ਹੈ ਤੇ ਉਹ ਜਾਣਨਾ ਚਾਹੁੰਦੀ ਹੈ ਬੇਸਿਕਲੀ ਕਿ ਹਰਸ਼ਦੀਪ ਕੌਰ ਬਾਲੀਵੁੱਡ ਦੀ ਸੁਪਰ ਡੁਪਰ ਹਿੱਟ ਸਿੰਗਰ ਹੈ ਪੰਜਾਬੀ ਗਾਣੇ ਵੀ ਬਹੁਤ ਅੱਛੇ ਗਾਉਂਦੀ ਹੈ ਲੇਕਿਨ ਪੰਜਾਬੀ ਫਿਲਮਾਂ ਹਾਂਜੀ ਜਿਹੜੀ ਇਸ ਟਾਈਮ ਇੰਨੀ ਰਾਈਜ਼ ਕਰ ਰਹੀ ਹੈ ਉਹ ਕਦੋਂ ਮੈਮ ਬੈਕ ਟੂ ਬੈਕ ਕਦੋਂ ਕਰਨੀਆਂ ਸ਼ੁਰੂ ਕਰੋਗੇ ਮੈਨੂੰ ਆਫਰਸ ਤਾਂ ਕਈ ਆਈਆਂ ਨੇ ਬਟ ਮੈਨੂੰ ਲੱਗਦਾ ਮੈਂ ਸਿੰਗਰ ਮੇਰਾ ਪਹਿਲਾ ਪਿਆਰ ਹੈ ਸਿੰਗਿੰਗ ਜੇ ਕੋਈ ਚੰਗੀ ਸਕ੍ਰਿਪਟ ਆਵੇ ਤੇ ਮੈਂ ਸੋਚਾਂਗੀ ਜ਼ਰੂਰ ਐਂਡ ਲੇਟੈਸਟ ਕੋਈ ਪੰਜਾਬੀ ਫਿਲਮ ਦੇਖੀ 2018 ਬਿਕਾਜ਼ ਇਟਸ ਲਾਈਕ ਪਿਛਲਾ ਮਹੀਨਾ ਤੇ ਕਾਫੀ ਅੱਛਾ ਗਿਆ ਮੈਂ ਦੇਖੀ ਸੀ ਵਧਾਈਆਂ ਜੀ ਵਧਾਈਆਂ 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 ਹਾਂਜੀ ਤੇ ਵਧਾਈਆਂ ਦੇ ਦੋ ਕਿਉਂਕਿ ਉਹ ਫਿਲਮ ਵੀ ਸੁਪਰ ਡੁਪਰ ਹਿੱਟ ਗਈ ਹੈ ਮੈਂ ਦੇ ਬਾਰੇ ਇੰਸਟਾਗ੍ਰam ਤੇ ਪਾਇਆ ਵੀ ਸੀ ਬੀਨੂ ਢਿੱਲੋਂ ਜੀ ਦੀ ਮੈਂ ਬਹੁਤ ਵੱਡੀ ਫੈਨ ਆ ਤੇ ਉਹ ਸਕਰੀਨ ਤੇ ਆਉਂਦੇ ਨੇ ਤੇ ਮੈਂ ਹੱਸਣ ਲੱਗ ਪੈਂਦੀ ਹਾਂ ਬਹੁਤ ਹੀ ਵਧੀਆ ਫਿਲਮ ਸੀ ਮੈਨੂੰ ਤਾਂ ਬਹੁਤ ਹੀ ਅੱਛੀ ਲੱਗੀ ਬੀਨੂ ਬੀਨੂ ਭਾਈ ਦਾ ਕੋਈ ਡਾਇਲੌਗ ਆਉਂਦਾ ਤੁਹਾਨੂੰ ਇੱਕ ਵਾਰੀ ਉਹਨਾਂ ਨੂੰ ਡੈਡੀਕੇਟ ਕਰ ਮੈਂ ਐਵੇਂ ਤਾਂ ਨਹੀਂ ਕਾਲਾ ਕੋਟ ਪਾਇਆ ਸੋ ਬੀਨੂ ਭਾਜੀ ਐਵੇਂ ਤੇ ਹੀ ਕਾਲਾ ਕੋਟ ਪਾਇਆ ਮੈਂ ਐਵੇਂ ਤਾਂ ਨਹੀਂ ਕਾਲੀ ਟੌਪ ਪਾਈ ਕਾਲੀ ਟੌਪ ਪਾਈ ਹੈ ਰੀਵਿਊ ਅੱਛਾ 2018 ਜਿਹਦਾ ਤੁਸੀਂ ਦੱਸਿਆ ਕਿ ਹੁਣ ਬੈਕ ਟੂ ਬੈਕ 6 ਗਾਣੇ ਆ ਗਏ ਆ ਹੋਰ ਫਿਲਮਾਂ 'ਚ ਆ ਗਏ ਹਾਂਜੀ ਆਉਣ ਵਾਲੇ ਤੇ ਬਾਕੀ 6 ਵੀ ਦੇ ਉਹਦੇ 'ਚ ਮੈਂ ਰਿਕਾਰਡ ਕੀਤੇ ਹੋਏ ਨੇ ਤੇ ਮੈਨੂੰ ਪਤਾ ਨਹੀਂ ਕਦ ਰਿਲੀਜ਼ ਹੋਣਗੇ ਬਿਕੋਜ਼ ਫਿਲਮਾਂ ਤਾਂ ਇੱਦਾਂ ਹੁੰਦਾ ਕਿ ਕਈ ਵਾਰੀ ਤੁਸੀਂ ਇੱਕ ਹਫ਼ਤਾ ਪਹਿਲਾਂ ਗਾਉਂਦੇ ਹੋ ਗਾਣਾ ਤੇ ਉਹ ਰਿਲੀਜ਼ ਹੋ ਜਾਂਦਾ ਕਦੀ ਕਦੀ ਇੱਕ ਸਾਲ ਵੀ ਲੱਗ ਜਾਂਦਾ ਜਿੱਦਾਂ ਮਨਮਰਜ਼ੀਆਂ ਦਾ ਦੇ 2 ਗਾਣੇ ਮੈਂ ਪਿਛਲੇ ਸਾਲ ਗਾਏ ਸੀ ਲੇਕਿਨ ਇਸ ਸਾਲ ਰਿਲੀਜ਼ ਹੋਏ ਨੇ ਤੇ ਜਿਹੜਾ ਟਾਈਟਲ ਸੌਂਗ ਮੈਂ ਗਾਇਆ ਮਨਮਰਜ਼ੀਆਂ ਦਾ ਉਹ ਮੈਂ ਰਿਲੀਜ਼ ਤੋਂ ਕੁਛ ਇੱਕ ਹਫ਼ਤਾ ਪਹਿਲਾਂ ਹੀ ਗਾਇਆ ਸੀ ਤੇ ਕੁਛ ਪਤਾ ਨਹੀਂ ਹੁੰਦਾ
It's not easy. आजकल competition भी बहुत ज़्यादा है. ते पूरा मेरा दिल्ली दा घर छड़ के असी पूरी family Bombay shift हुए. मेरे husband भी व्याह तो बाद वो दिल्ली तो Bombay shift हुए. ते मेरे नाल सारियाँ ही struggle है. ते अपने आप नू update रखना, ते अपना रियाज करना, ते नवे नवे styles नू अपनाना singing दे विच, ते वो करना पैंदा है. ते struggle is an ongoing process. तो जल्दी रहिंदी है. Husband दा जिक्र कीता सर, एक मिनट आ जाओ, तू इत्थे आ जाओ सर. Sir, सब तो पता कितना भी struggle करनी पड़ी तो उन्हें Bombay जाके, क्योंकि दिल्ली छड़ना is not easy. जिन्होंने दिल्ली रहा दिल्ली दी आदत लग जाए ना, तो उसे ना दे दिल दी गल फड़ ली. दिल्ली असी पैदा होते हुए ते घर उत्थे है, दिल्ली ते पहला प्यार है उत्थे रहना. बट कोई गल नहीं, Bombay जो कहते ना करम भूमि हो जाएगी. मेरा भी अपना काम उत्थे शिफ्ट कर लिया. साढ़े शो च ना एक सवाल करने का मौका मिलता है, तो अज वो मौका तुहानू मिलता है, तो ही अर्शदीप जी नू एक सवाल करो. रोज ही करते हैं हम. ना ना, ऐ तो कैमरे सामने सब पीटीसी की ऑडियंस के सामने. ना ना कट कट भी होता है, चलता रहेगा. क्लोजर लो एक बार तुम्हारा सर बोले. कि आपका रीमेक जो सॉन्ग्स हो रहे हैं उसके बारे में क्या ख्याल है? बड़ा मुश्किल मुश्किल क्वेश्चन पूछते हैं. मैनू लगता है कि जिहड़े पुराने गाने से काफ़ी एवरग्रीन सी, ते अज भी जब असी उस गाणियां नू सुनदे आ ते बड़ा ही चंगा लगता है. ते मे बी इस करके वो रीमिक्स कर रहे ने मॉडर्न म्यूजिक दे नाल, फिर तो प्रेजेंट कर रहे ने, ते फिर तो गाने हिट भी हो रहे ने. बट मैनू लगता है कि ओरिजिनल कंपोजिशन भी करनिया चाहिए ने, ते मनमर्जियां जे दे तुसी गाने सुनो ते सारे ओरिजिनल्स ने. ते अगर तुसी पुराने गाने नू खराब ना करके रिक्रिएट करो तो ठीक है, जे पुराने नू खराब करो तो बड़ी गलत गल है. बड़ी गलत गल है. मनमर्जियां दी गल चल रही है, सन ने क्वेश्चन भी पूछ लिया. मैं मनमर्जियां दा एक गाना हो जाए मैडम हुण. काला ना सफेद है, काला ना सफेद है, इश्क दा रंग यारा ग्रे वाला शेड हो. जमाना है बदला, मोहब्बत भी बदली, किसे पिटे वर्जन नू मारो अपडेट हो. इश्क नजरिया नजरिया बदले ने रोमांस दे तेवर, इश्क नजरिया नजरिया कहंदे ने एनु म्यूचुअल फेवर, इश्क नजरिया नजरिया इश्क नजरिया. वाह 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 वाह. मनमर्जियां दी गल चल रही है सर, अपनी जड़ी मनमर्जियां टाइटल तो मनमर्जी केड़ी मैडम करदी है जड़ी तुहानू पसंद नहीं है? ए शो दा नाम होना चाहिदा सी हर्षदीप दी पोल खोलो. पोल खोलो, पोल खोलो एपिसोड. तू ही दस दो जड़ी तुहानू इहना दी मनमर्जी नहीं पसंद. ਕੋਈ ਮਨ ਮਰਜ਼ੀ ਹੈ ਉਹ ਜੀ ਕਰਦੇ ਹੋ? ਬਹੁਤ ਸਾਰੀਆਂ ਔਨ ਸਕਰੀਨ ਮਾਈ ਲੜਾਈ ਕਰਾਓਗੇ ਆਪ? ਅਸੀਂ ਦੋਨੋਂ ਆਪਣੀ ਆਪਣੀ ਮਰਜ਼ੀ ਕਰਦੇ ਹਾਂ, ਬਟ ਕੁਝ ਗੱਲਾਂ ਨੇ ਜਿਹਦੇ 'ਤੇ ਅਸੀਂ ਸਮਝੌਤਾ ਕਰ ਲੈਂਦੇ ਹਾਂ. ਜਿੱਦਾਂ ਵੀ ਬਹੁਤ ਲਵ ਟੂ ਟਰੈਵਲ, ਵੀ ਬਹੁਤ ਲਵ ਟੂ ਈਟ, ਅਤੇ ਇਹੀ ਸਭ ਹੋਤਾ ਲਾਈਫ ਮੈਂ. ਖਾਤੇ ਰਹਤੇ ਹੈ, ਘੁੰਮਤੇ ਰਹਤੇ ਹੈ, ਮੂਵੀਜ਼ ਹਮ ਇਕੱਠੇ ਇੰਜੋਏ ਕਰਤੇ ਹੈ, ਤੋ ਮਨ ਮਰਜ਼ੀ ਆਪਣੀ ਕਰਤੇ ਹੈ, ਲੇਕਿਨ ਬੜੀ ਸਾਰੀ ਚੀਜ਼ਾਂ ਕਾਮਨ ਹੈ. नॉर्मल रेगुलर रोटी सब्जी नहीं बनाती, कदे पास्ता बना लिया या कदे कुछ ग्रिल्ड चिकन. की मैं कल की बनाया सी सैलड बनाया सी सैलड बनाया सी सर मैं मशरूम ਅਤੇ ਕੁਛ ਸੋਟੇ ਵੈਜੀਟੇਬਲਸ ਬਣਾਈਆਂ ਸੀ. ਅਤੇ ਮੈਂ ਐਕਸਪੈਰੀਮੈਂਟ ਕਰਦੀ ਹਾਂ, ਅਤੇ ਫਿਰ ਮੈਂ ਇਹਨਾਂ ਨੂੰ ਖਵਾਉਂਦੀ ਹਾਂ, ਫਿਰ ਕਹਿੰਦੀ ਹਾਂ ਇਹਦੀ ਫੋਟੋ ਖਿੱਚੋ ਅਤੇ ਪਾਓ. ਸਾਡੀ ਜਿਹੜੀ ਪੰਜਾਬੀ ਆਡੀਅੰਸ ਹੈ ਨਾ, ਨੈਕਸਟ ਟਾਈਮ ਵਾਅਦਾ ਕਰੋ ਸਰ, ਜਦੋਂ ਤੁਸੀਂ ਅਤੇ ਤੁਸੀਂ ਦੋਨੋਂ ਆਓਗੇ ਨਾ ਇੱਥੇ, ਆਪਾਂ ਕਿਚਨ ਦਾ ਅਰੇਂਜਮੈਂਟ ਕਰਾਂਗੇ. ਠੀਕ ਹੈ. ਸੋ ਵਿਲ ਕੁੱਕ ਸਮਥਿੰਗ. ਫਿਰ ਤਾਂ ਅਸੀਂ ਐਕਸਕਲੂਸਿਵਲੀ 2018 ਕੋਈ ਪੰਜਾਬੀ ਫਿਲਮਾਂ 'ਚ ਟਰੈਕ ਆ ਰਹੇ ਤੁਹਾਡੇ? ਮੈਂ ਰਿਕਾਰਡ ਤਾਂ ਕੀਤੇ, ਬਟ ਉਹੀ ਗੱਲ ਹੈ, ਜਦ ਤੱਕ ਰਿਲੀਜ਼ ਨਹੀਂ ਹੁੰਦੇ ਮੈਂ ਗੱਲ ਨਹੀਂ ਕਰ ਸਕਦੀ. ਉਂਗਲੀ ਪਕੜ ਕੇ ਤੂਨੇ ਚੱਲਣਾ ਸਿਖਾਇਆ ਥਾ ਨਾ, दहलीज़ ऊंची है ये पार करा दे, बाबा मैं तेरी मलिका, टुकड़ा हूँ तेरे दिल का, एक बार फिर से दहलीज़ पार करा दे.
ਮੁੜ ਕੇ ਨਾ ਦੇਖੋ ਦਿਲਬਰੋ ਦਿਲਬਰੋ ਮੁੜ ਕੇ ਨਾ ਦੇਖੋ ਦਿਲਬਰੋ ਵਾਹ ਜੀ ਵਾਹ ਵਾਹ ਜੀ ਵਾਹ ਥੈਂਕ ਯੂ ਬਹੁਤ ਚੰਗੀ ਲੱਗੀ ਤੁਹਾਡੀ ਦੁਨੀਆ ਤੇ ਸਪੈਸ਼ਲੀ ਤੁਹਾਡੀ ਵੀ ਦੁਨੀਆ ਐਂਡ ਇਹੀਓ ਦੁਨੀਆ ਦੀ ਸੈਰ ਆਪਾਂ ਦੁਬਾਰਾ ਕਰਨਾ ਚਾਹਾਂਗੇ ਤੇ ਆਡੀਅੰਸ ਦੁਬਾਰਾ ਕਰਾਵਾਂਗੇ ਮੈਂ ਜਿਹੜੇ ਤੁਹਾਡਾ ਹਲਦੀ ਤੇ ਐਵੇਂ ਮੈਂ ਲੈ ਕੇ ਜਾ ਰਿਹਾ ਮੈਡਮ ਟ੍ਰੇਨ ਲੈ ਕੇ ਜਾ ਰਿਹਾ ਆ ਜਾਓ ਯਾਰ